ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ 7ਵੀਂ ਜਮਾਤ ਵਿਸ਼ਾ ਸਮਾਜਿਕ ਵਿਗਿਆਨ ਪਾਠ ਨੰਬਰ 13 ਨਗਰ ਵਪਾਰੀ ਅਤੇ ਕਾਰੀਗਰ ਅੱਜ ਆਪਾਂ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਅਭਿਆਸ ਦੇ ਪ੍ਰਸ਼ਨ ਉੱਤਰ ਪ੍ਰਸ਼ਨ ਨੰਬਰ 1 ਕੋਈ ਚਾਰ ਤੀਰਥ ਸਥਾਨਾਂ ਦੇ ਨਾਂ ਲਿਖੋ ਉੱਤਰ ਨਨਕਾਣਾ ਸਾਹਿਬ ਅੰਮ੍ਰਿਤਸਰ ਗੁਰੂ ਖੇਤਰ ਅਤੇ ਹਰਿਦੁਆਰ ਆਦ ਇਥੇ ਵਿੱਚੋਂ ਨਨਕਾਣਾ ਸਾਹਿਬ ਲਿਖਾਂਗੇ ਆਪਾਂ ਨੰਨਾ ਨੰਨਾ ਕੱਕੇ ਕੰਨਾ ਨਾਣੇ ਕੰਨਾ ਠੀਕ ਹੈ ਨਨਕਾਣਾ ਸਾਹਿਬ ਇਥੇ ਇੱਕ ਨੰਨਾ ਗਲਤੀ ਨਾਲ ਲਿਖਿਆ ਨਹੀਂ ਗਿਆ ਪ੍ਰਸ਼ਨ ਨੰਬਰ 2 ਦੇਖਦੇ ਆਂ ਪ੍ਰਸ਼ਨ ਨੰਬਰ 2 ਅੰਮ੍ਰਿਤਸਰ ਸ਼ਹਿਰ ਦੀ ਨਹੀਂ ਕਿਸ ਗੁਰੂ ਸਹਿਬਾਨ ਨੇ ਅਤੇ ਕਦੋਂ ਰੱਖੀ ਸੀ ਉੱਤਰ ਅੰਮ੍ਰਿਤਸਰ ਸ਼ਹਿਰ ਦੀ ਨਹੀਂ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ 1577 ਈਸਵੀ ਵਿੱਚ ਰੱਖੀ ਗਈ ਸੀ ਕਿਸ ਨੇ ਰੱਖੀ ਸੀ ਬੱਚਿਓ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਅਤੇ ਕਦੋਂ ਰੱਖੀ ਸੀ 1577 ਈਸਵੀ ਵਿੱਚ ਸੂਰਤ ਕਿੱਥੇ ਸਥਿਤ ਹੈ ਉੱਤਰ ਸੂਰਤ ਇੱਕ ਪ੍ਰਸਿੱਧ ਬੰਦਰਗਾਹ ਅਤੇ ਵਪਾਰਕ ਨਗਰ ਹੈ ਇਹ ਗੁਜਰਾਤ ਪ੍ਰਾਂਤ ਵਿੱਚ ਸਥਿਤ ਹੈ ਖਾਲੀ ਥਾਨ ਭਰੋ ਨੰਬਰ 1 ਅਮਰਤਸਰ ਦੀ ਨੀ ਡੈਸ਼ ਦੁਆਰਾ ਰੱਖੀ ਗਈ ਕਿਸ ਦੇ ਦੁਆਰਾ ਰੱਖੀ ਗਈ ਸੀ ਵਿੱਚੋਂ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਨੰਬਰ 2 ਸੂਰਤ ਇੱਕ ਪ੍ਰਸਿੱਧ ਡੈਸ਼ ਹੈ ਸੂਰਤ ਕੀ ਹੈ ਵਿੱਚੋਂ ਇੱਕ ਪ੍ਰਸਿੱਧ ਬੰਦਰਗਾਹ ਨੰਬਰ 3 ਨਨਕਾਣਾ ਸਾਹਿਬ ਡੈਸ਼ ਵਿੱਚ ਸਥਿਤ ਹੈ ਕਿੱਥੇ ਹੈ ਵਿੱਚੋਂ ਨਨਕਾਣਾ ਸਾਹਿਬ ਭਾਰਤ ਵਿੱਚ ਜਾਂ ਪਾਕਿਸਤਾਨ ਵਿੱਚ ਤਾਂ ਇਹ ਅੱਜਕੱਲ ਪਾਕਿਸਤਾਨ ਵਿੱਚ ਹੈ ਨੰਬਰ 4 ਭਾਰਤ ਵਿੱਚ ਬਹੁਤ ਸਾਰੇ ਬੰਦਰਗਾਹ ਡੈਸ਼ ਨਗਰ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ ਨੰਬਰ 1 ਮੋਹਨਜੋਦੜੋ ਸਿੱਧੂ ਘਾਟੀ ਦੇ ਲੋਕਾਂ ਦਾ ਰਾਜਧਾਨੀ ਨਗਰ ਸੀ ਸਹੀ ਨੰਬਰ 2 1629 ਵੀ ਵਿੱਚ ਸ਼ਾਹ ਜਹਾਂ ਨੇ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਇਆ ਗਲਤ ਨੰਬਰ 3 ਸੂਰਤ ਇੱਕ ਪ੍ਰਸਿੱਧ ਤੀਰਥ ਸਥਾਨ ਸੀ ਗਲਤ ਕਿਸੇ ਵਿੱਚੋਂ ਇਹ ਬੰਦਰਗਾਹ ਨੰਬਰ 4 ਫਤਿਹਪੁਰ ਸਿੱਕਰੀ ਮੁਗਲਾਂ ਦਾ ਇੱਕ ਰਾਜਧਾਨੀ ਨਗਰ ਸੀ ਸਹੀ ਨੰਬਰ 5 ਮੱਧ ਕਾਲੀਨ ਕਾਲ ਵਿੱਚ ਲਾਹੌਰ ਇੱਕ ਵਪਾਰਕ ਨਗਰ ਸੀ ਸਹੀ ਇਸ ਤਰ੍ਹਾਂ ਬੱਚੇ ਜਿਹੜਾ ਪਾਰਟ ਹੈ ਇਹ ਕੰਪਲੀਟ ਹੋ ਗਿਆ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਤੁਸੀਂ ਆਪਣੀ ਬੁੱਕੋ ਵਿੱਚ ਚੰਗੀ ਤਰ੍ਹਾਂ ਨੋਟ ਕਰਨੇ ਨੇ ਚੰਗੀ ਤਰ੍ਹਾਂ ਪੜ੍ਹਨੇ ਨੇ ਸਮਝਣੇ ਨੇ ਤੇ ਯਾਦ ਕਰਨੇ ਨੇ ਤੇ ਇਸ ਤੋਂ ਇਲਾਵਾ ਬਾਕੀ ਪਾਠਾਂ ਦੇ ਪ੍ਰਸ਼ਨ ਉੱਤਰ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਕਰ ਸਕਦੇ ਹੋ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਚੈਨਲ ਤੇ ਪਾਈ ਜਾ ਚੁੱਕੇ ਨੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਪੁਰਾਣੇ ਹੋ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਧੰਨਵਾਦ